ਕਵੀ ਅਤੇ ਲੇਖਕ ਜਿਹੜੇ ਕਲਮਕਾਰ ਹੁੰਦੇ ਨੇ ਉਹ ਆਪਣੀ ਲਿਖਤ ਦੇ ਵਿੱਚ ਰਚਨਾ ਦੇ ਨਾਲ ਕੁਝ ਇਹੋ ਜਿਹਾ ਸਿਰ ਜਾਂਦੇ ਨੇ ਕਿ ਜਿਹਨੂੰ ਪੜ੍ਹਦਿਆਂ ਆਉਣ ਵਾਲੀਆਂ ਜਿਹੜੀਆਂ ਕੌਮਾਂ ਆਉਣ ਵਾਲੀ ਜਨਰੇਸ਼ਨ ਹੈ ਉਹ ਉਹਤੋਂ ਆਨੰਦ ਲੈਂਦੀ ਹੈ ਔਰ ਆਪਣਾ ਜੀਵਨ ਜਿਹੜਾ ਆਪਣਾ ਜਿਹੜੀ ਜੀਵਨ ਦਰਸ਼ਨ ਹੈਗਾ ਉਹਨੂੰ ਉਹਨੂੰ ਫੋਲੋ ਕਰਕੇ ਉਹਨਾਂ ਦਾ ਆਨੰਦ ਲੈਂਦੀ ਹੈ। ਅਤੇ ਇੱਕ ਕਵੀ ਨੇ ਬੜਾ ਸੋਹਣਾ ਸ਼ੇਰ ਲਿਖਿਆ, ਉਹ ਕਹਿੰਦਾ ਕਿ ਦੁਨੀਆਂ ਮੇਂ ਕੁਛ ਐਸੇ ਵੀ ਕੰਵਲ ਹੋਤੇ ਹੈ, ਦੁਨੀਆਂ ਮੇਂ ਕੁਛ ਐਸੇ ਵੀ ਕੰਵਲ ਹੋਤੇ ਹੈ, ਖੇਲਤੇ ਨਹੀਂ ਪਰ ਵਕਤ ਉਜਲ ਹੋਤੇ ਹੈ, ਇਹ ਬਾਤ ਜੁਦਾ ਹੈ ਕਿ ਉਹ ਤਾਮੀਰ ਨਾ ਹੋ, ਹਰ ਜਹਿਨ ਮੇਂ ਕੁਛ ਤਾਜ ਮਹਿਲ ਹੋਤੇ ਹੈ। ਇਹ ਸ਼ੇਰ ਜਿਹੜਾ ਇਹ ਇੱਕ ਉਹਨਾਂ ਲੋਕਾਂ ਵਾਸਤੇ ਇੱਕ ਚਾਨਣ ਮੁਨਾਰਾ ਬਣ ਜਾਂਦਾ ਜਿਹੜੇ ਕਹਿੰਦੇ ਨੇ ਕਿ ਇਹ ਕੋਈ ਖਾਸ ਵਿਅਕਤੀ ਹੀ ਲਿਖ ਸਕਦੇ ਨੇ। ਹਰ ਦਿਮਾਗ ਵਿੱਚ, ਹਰ ਵਿਅਕਤੀ ਦੇ ਮਨ ਦੇ ਵਿੱਚ ਕੁਝ ਨਾ ਕੁਝ ਕਲਾ ਪਰਮਾਤਮਾ ਨੇ ਪਾਈ ਹੁੰਦੀ ਹੈ, ਉਹਨੂੰ ਕਲਮ ਦੇ ਨਾਲ, ਉਹਨੂੰ ਬੋਲ ਦੇ ਨਾਲ, ਉਹਨੂੰ ਆਪਣੇ ਕਿਸੇ ਅਭਿਨੈ ਕਲਾ ਦੇ ਨਾਲ ਤੁਸੀਂ ਪ੍ਰਗਟ ਕਰਕੇ ਲੋਕਾਂ ਦਾ ਮਨੋਰੰਜਨ ਵੀ ਕਰ ਸਕਦੇ ਹੋ ਅਤੇ ਆਪਣੀਆਂ ਟੈਨਸ਼ਨਾਂ ਵੀ ਦੂਰ ਕਰ ਸਕਦੇ ਹੋ ਔਰ ਲੋਕਾਂ ਨੂੰ ਕੁਝ ਫੋਲੋ ਕਰਨ ਵਾਸਤੇ ਕੁਝ ਕਾਨੂੰਨ, ਕੁਝ ਨਿਯਮ ਵੀ ਦੇ ਸਕਦੇ ਹੋ। ਇਹ ਲਫ਼ਜ਼ ਮੈਂ ਆਖ ਰਿਹਾ ਤਰਲੋਚਨ ਸਿੰਘ ਦੁਪਾਲਪੁਰ, ਰੋਜ਼ਾਨਾ ਸਪੋਕਸਮੈਨ ਦਾ ਚੀਫ ਬਿਊਰੋ ਅਤੇ ਸ਼ਿਕਾਗੋ ਤੋਂ ਸ਼ਬਦੀ ਅਖਬਾਰ ਪੰਜਾਬ ਟਾਈਮ ਦੇ ਵਿੱਚ ਲਿਖਤਮ ਕਲਮ ਦਾ ਲੇਖਕ ਹਾਂ। ਯਾਦਾਂ ਪੰਜਾਬ ਦੀਆਂ ਵਾਸਤੇ ਇਹ ਮੈਂ ਰਿਕਾਰਡ ਕਰਵਾ ਰਿਹਾ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।